ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਨਰਸਾਂ ਨੇ ਨਿਊਜ਼ੀਲੈਂਡ ਨੂੰ ਨਕਾਰ ਦਿੱਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਪਹਿਲਾਂ ਦੇ ਮੁਕਾਬਲੇ ਸਿਰਫ 40% ਨਰਸਾਂ ਨੇ ਨਿਊਜ਼ੀਲੈਂਡ ਵਿੱਚ ਕੰਮ ਕਰਨ ਲਈ ਰੁਚੀ ਵਿਖਾਈ ਹੈ। ਹਾਲਾਂਕਿ ਨਿਊਜ਼ੀਲੈਂਡ ਵਿੱਚ ਨਰਸਾਂ ਦੀ ਵੱਡੀ ਘਾਟ ਚੱਲ ਰਹੀ ਹੈ। ਤਾਜ਼ਾ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਹਰ ਮਹੀਨੇ ਓਵਰਸੀਜ਼ ਤੋਂ ਵਰਕ ਵੀਜ਼ਾ ਲੈਣ ਲਈ ਨਰਸਾਂ ਦੀਆਂ 100 ਐਪਲੀਕੇਸ਼ਨ ਪਹੁੰਚਦੀਆਂ ਹਨ, ਪਰ ਲੰਘੇ ਅਕਤੂਬਰ ਵਿੱਚ ਗਿਣਤੀ ਬਹੁਤ ਹੀ ਘੱਟ ਹੈ ਅਤੇ ਸਿਰਫ 39 ਨਰਸਾਂ ਨੇ ਹੀ ਵਰਕ ਵੀਜ਼ਾ ਲੈਣ ਲਈ ਐਪਲੀਕੇਸ਼ਨ ਭੇਜੀ ਹੈ। ਇਸ ਬਾਬਤ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਗਜ਼ਨ ਨੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਨਿਊਜ਼ੀਲੈਂਡ ਕੋਲ ਕੋਈ ਕੰਪੈਟੀਟਿਵ ਆਫਰ ਨਾ ਹੋਣ ਕਰਕੇ ਨਰਸਾਂ ਹੋਰ ਦੇਸ਼ਾਂ ਵੱਲ ਜਾ ਰਹੀਆਂ ਹਨ। ਹਾਲਾਂਕਿ ਇਮੀਗ੍ਰੇਸ਼ਨ ਮਿਨਿਸਟਰ ਮਾਈਕਲ ਵੁੱਡ ਦਾ ਦਾਅਵਾ ਹੈ ਕਿ ਵਰਕ ਵੀਜ਼ੇ ਲਈ ਗਿਣਤੀ ਘਟਣ ਦਾ ਕਾਰਨ ਇਹ ਹੈ ਕਿ ਨਰਸਾਂ ਹੋਰ ਕਈ ਕੈਟੇਗਰੀ ਦੇ ਵੀਜ਼ਿਆਂ ਸਮੇਤ ਵਿਜ਼ਿਟਰ ਵੀਜ਼ੇ ਰਾਹੀਂ ਨਿਊਜ਼ੀਲੈਂਡ ਆ ਰਹੀਆਂ ਹਨ ਅਤੇ ਬਾਅਦ ਵਿੱਚ ਕੰਮ ਕਰਨ ਲਈ ਵਰਕ ਵੀਜ਼ਾ ਲੈਂਦੀਆਂ ਹਨ। ਇਸ ਸੰਬੰਧੀ ਨਿਊਜ਼ੀਲੈਂਡ ਨਰਸ ਆਰਗਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਐਨ ਡੈਨੀਅਲ ਦਾ ਕਹਿਣਾ ਹੈ ਕਿ ਇਸ ਵੇਲੇ ਨਿਊਜ਼ੀਲੈਂਡ ਵਿੱਚ 4,000 ਨਰਸਾਂ ਦੀ ਘਾਟ ਹੈ। ਇੱਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਰਜਿਸਟਰਡ ਨਰਸ ਬਣਨ ਲਈ ਹਸਪਤਾਲ ਵਿੱਚ 1100 ਘੰਟਿਆਂ ਦੀ ਪ੍ਰੈਕਟਿਸ ਲਾਉਣੀ ਪੈਂਦੀ ਹੈ, ਜਿਸ ਬਦਲੇ ਨਰਸਿੰਗ ਸਟੂਡੈਂਟ ਨੂੰ ਕੋਈ ਮਹਿਤਾਨਾ ਨਹੀਂ ਮਿਲਦਾ। ਹਾਲਾਂਕਿ ਪ੍ਰੈਕਟਿਸ 'ਤੇ ਜੋ ਲਾਗਤ ਖਰਚ ਆਉਂਦਾ ਹੈ ਉਸਨੂੰ ਹਸਪਤਾਲ ਪ੍ਰਬੰਧਕ ਹੀ ਸਹਿਣ ਕਰਦੇ ਹਨ। ਇਸ ਬਾਰੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਨੀਤੀ ਵਿੱਚ ਸੁਧਾਰ ਲਈ ਅਧਿਕਾਰੀ ਤੇਜ਼ੀ ਨਾਲ ਕੰਮ ਕਰ ਰਹੇ ਹਨ। ਉਹਨਾਂ ਇਹ ਗੱਲ ਮੰਨੀ ਕਿ ਨਿਊਜ਼ੀਲੈਂਡ ਵਿੱਚ ਟ੍ਰੇਨ ਨਰਸ ਦੀ ਬਹੁਤ ਲੋੜ ਹੈ, ਖਾਸ ਕਰਕੇ ਮੌਰੀ ਪੈਸੀਫਿਕ ਖੇਤਰ ਵਿੱਚ ਟ੍ਰੇਨ ਨਰਸਾਂ ਦੀ ਵੱਡੀ ਘਾਟ ਹੈ। ਬਿਊਰੋ ਰਿਪੋਰਟ, NZ, ਪੰਜਾਬੀ ਨਿਊਜ਼।